ਬੀਤੀ ਸ਼ਾਮ ਬਠਿੰਡਾ ਦੇ ਕਲਾ ਰਾਮਪੁਰ ਦੇ ਵਿੱਚ ਹਰਸਿਮਰਤ ਬਾਦਲ ਨੇ ਵਿਰੋਧ ਦੇ ਬਾਅਦ ਧਰਨਾ ਲਾ ਦਿੱਤਾ ਸੀ, ਜਿਸ ਮਗਰੋਂ ਸੁਖਬੀਰ ਬਾਦਲ ਵੀ ਆਪਣੇ ਤਮਾਮ ਪ੍ਰੋਗਰਾਮ ਕੈਂਸਲ ਕਰਕੇ ਪਤਨੀ ਦਾ ਸਾਥ ਦੇਣ ਪਹੁੰਚ ਗਏ। ਇਸ ਦੌਰਾਨ ਸੁਖਬੀਰ ਨੇ ਕਾਂਗਰਸ ਸਰਕਾਰ ਤੇ ਵਰਦਿਆਂ ਕਿਹਾ ਕਿ ਉਹਨਾਂ ਦੇ ਇੱਕ ਇਸ਼ਾਰੇ ਤੇ 5 ਲੱਖ ਬੰਦਾ ਇਕੱਠਾ ਹੋ ਸਕਦਾ ਹੈ ਤੇ ਜੇਕਰ ਉਹਨਾਂ ਦੇ ਸਬਰ ਦਾ ਬੰਧ ਟੁੱਟ ਗਿਆ ਤਾਂ ਇੱਥੇ ਕੋਈ ਲੱਭਿਆ ਨਹੀਂ ਥੋਣਾ। ਗੁਰੂ ਪਿਆਰੀ ਸਾਧ ਸੰਗਤ ਜੀ, ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਜਿਹੜੇ ਥੋੜੇ ਜਿਹੇ ਕਾਂਗਰਸ ਦੇ ਏਜੰਡੇ ਆ ਸੋਚਦੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਸੂਰਮਿਆਂ ਨੂੰ ਡਰਾ ਸਕਦੇ, ਇਹਨਾਂ ਨੂੰ ਪਤਾ ਨਹੀਂ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਹੈ ਤੇ ਆ ਜਿਹੜੇ ਬੁੜਕਦੇ ਫਿਰਦੇ ਹੈ, ਆ ਤਾਂ ਬੁੜਕਦੇ ਫਿਰਦੇ ਹੈ ਕਿਉਂਕਿ ਪੁਲਿਸ ਅੱਗੇ ਪਿੱਛੇ ਇਹਨਾਂ ਦੀ ਕਿੰਨੀ ਕੁ ਦੇਰ ਰਹੂਗੀ। 2 ਸਾਲ ਰਹਿ ਗਏ, 2 ਸਾਲ ਦੇ ਬਾਅਦ ਕਿੱਧਰ ਭੱਜ ਕੇ ਜਾਣਗੇ। ਕਿਸੇ ਵੀ ਸਾਡੇ ਵਰਕਰ ਤੱਕ ਉਹਨਾਂ ਨੇ ਆ ਚੌਣ ਦਿੱਤੇ ਆਈ ਜੁੰਮਵਾਰ ਪੁਲਿਸ ਵੀ ਹੋਊਗੀ, ਪੁਲਿਸ ਪ੍ਰਸ਼ਾਸਨ ਵੀ ਹੋਊਗਾ ਤੇ ਉਹ ਲੋਕ ਵੀ ਹੋਣਗੇ। ਪੂਰੀ ਜ਼ਿੰਦਗੀ ਜੇਲ੍ਹਾਂ ਚੋਂ ਨਿਕਲ ਨਹੀਂ ਦਊਂਗਾ ਮੈਂ ਤੁਹਾਨੂੰ ਦੱਸਦਾ। ਮੈਂ ਪੁਲਿਸ ਵਾਲਿਆਂ ਨੂੰ ਦੱਸਣਾ ਚਾਹੁੰਦਾ, ਮੈਂ ਪੁਲਿਸ ਅਫਸਰ ਬਾਰੇ ਕਹਿਣਾ ਚਾਹੁੰਦਾ, ਸ਼੍ਰੋਮਣੀ ਅਕਾਲੀ ਦਲ ਜਾ ਸੋਚਦੇ ਕਿ 100-200 ਬੰਦੇ ਇਕੱਠੇ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਸੂਰਮਿਆਂ ਨੂੰ ਰੋਕ ਸਕਦੇ ਹੈ? ਕੱਥ ਵੀ ਜਾ ਜੇ ਮੈਂ ਇੱਕ ਇਸ਼ਾਰਾ ਕਰਾਂ ਇੱਥੇ 5 ਲੱਖ ਬੰਦਾ ਇਕੱਠਾ ਹੋਊਗਾ। ਸਾਡੀ ਅਸੀਂ ਜਿਹੜਾ ਅਮਨ ਚਾਹੁੰਦੇ ਹਾਂ, ਸ਼ਾਂਤੀ ਚਾਹੁੰਦੇ ਹਾਂ, ਪਰ ਸਾਡਾ ਵੀ ਸਬਰ ਹੈ। ਜੇ ਤੁਸੀਂ ਸੋਚਦੇ ਹੋ ਕਿ ਸਬਰ ਸਾਡਾ ਟਪਾ ਦੋਗੇ ਫਿਰ ਲੱਭਣੇ ਨਹੀਂ ਸੋਣੇ, ਤੁਸੀਂ ਲੱਭਣੇ ਨਹੀਂ। ਮੈਂ ਸਾਰੇ ਵਰਕਰਾਂ ਨੂੰ ਆਪਣੂੰ ਕਹਿਣਾ ਚਾਹੁੰਦਾ, ਕੋਈ ਡਰਦੀ ਲੋੜ ਨਹੀਂ, ਅਸੀਂ ਤੁਹਾਡੇ ਨਾਲ ਖੜੇ ਹਾਂ। ਜੇ ਤੁਹਾਡੇ ਨਾਲ ਧੱਕਾ ਕੀਤਾ ਸਾਫ ਤੁਹਾਨੂੰ ਦਵਾਵਾਂਗੇ, ਇੱਕ ਇੱਕ ਗੱਲ ਸਾਫ ਦਵਾਵਾਂਗੇ। ਇਸ ਕਰਕੇ ਸਾਰੇ 5-7 ਦਿਨ ਰਹਿ ਗਏ, 5-7 ਦਿਨ ਆਪਾਂ ਮਿਹਨਤ ਕਰਕੇ ਹਾਰੇ ਪਏ ਹਾਂ। ਆ ਰਾਜਾ ਬੜਿੰਗਾ ਘਬਰਾਇਆ ਪਿਆ, ਇਹਨਾਂ ਦੀਆਂ ਜਮਾਨਤਾਂ ਜਬਤ ਹੋਣਾ ਨਹੀਂ ਹੈ। ਮੈਂ ਤਾਂ ਪੰਜਾਬ ਦੇ ਕੋਨੇ ਕੋਨੇ ਤੋਂ ਆਇਆ, ਮੈਂ ਤਾਂ ਪੰਜਾਬ ਦੇ ਕੋਨੇ ਕੋਨੇ ਤੋਂ ਆਇਆ। 13 ਦੀਆਂ 13 ਸੀਟਾਂ ਜਿੱਤਰੀਆਂ, 13 ਦੀਆਂ 13 ਸੀਟਾਂ। ਆ ਜਿੰਨੇ ਵੀ ਆ ਬੈਠੇ 100-200 ਜਿੰਨੇ ਪਤਾ ਨਹੀਂ ਕਿੰਨੇ ਹੈ, ਉਹਨਾਂ ਨੂੰ ਦੱਸਣਾ ਚਾਹੁੰਦਾ 1-1.5 ਲੱਖ ਤੋਂ ਬਠਿੰਡਾ ਪਾਰਲੀਮੈਂਟ ਜਿੱਤਾਂਗੇ, ਜਿੰਨਾ ਮਰਜ਼ੀ ਫੇਰ ਲਾ ਲਓ। ਮੈਂ ਅੰਮ੍ਰਿਤਸਰ ਚੱਲਿਆ ਸੀ, ਮੈਨੂੰ ਪਤਾ ਲੱਗਿਆ ਕਿ ਇੱਥੇ ਇਹਨਾਂ ਨੇ ਗੰਦ ਪਾਇਆ। ਮੈਂ SSP ਨੂੰ ਕਿਹਾ ਮੈਂ ਆ ਰਿਹਾ, ਮੈਂ ਕਿਹਾ ਜੇ ਸਾਡੇ ਵਰਕਰਾਂ ਨੂੰ ਅੰਦਰ ਨਹੀਂ ਵੜਨ ਦਿੱਤਾ ਫਿਰ ਜੁੰਮਵਾਰੀ ਦੇਰੀ ਹੋਣੀ ਹੈ ਤੇ ਉਹਨਾਂ ਨੇ ਆਪ ਤੁਹਾਨੂੰ ਅੰਦਰ ਵੜ ਕੇ ਬਿਠਾ ਦਿੱਤਾ। ਇਸ ਕਰਕੇ ਹੁਣ ਚਿੰਤਾ ਕਰਨ ਦੀ ਲੋੜ ਨਹੀਂ, ਹੁਣ ਆਪਾਂ ਹਫ਼ਤਾ ਦਸ ਰਹਿ ਗਿਆ, ਇੱਕ ਇੱਕ ਵੋਟ ਕੱਢ ਕੇ ਮੰਡੀ ਕਲਾ ਲਿਓ, ਹੁਣ ਨਜ਼ਾਰਾ ਦਿਖਾ ਦਿਓ ਵਰਕਰੋ। ਇੱਥੋਂ ਹਜ਼ਾਰ ਦੀ ਲੀਡ ਹੋ ਕੇ ਸਹੀ ਬਣੇ ਤੇ ਇਹਨਾਂ ਦੇ ਥੱਪੜ ਵੱਜੂਗਾ ਮੁੰਦੇ ਜਿਹੜੇ ਆਪਣ ਗੱਜ ਗਿੱਜ ਕਾਰਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੋਣ ਨਿਸ਼ਾਨ, ਚੋਣ ਨਿਸ਼ਾਨ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦੱਸ ਦਈਏ ਕਿ ਬੀਤੀ ਸ਼ਾਮ ਬਠਿੰਡਾ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਬਾਦਲ ਧਰਨਾ ਲਾ ਕੇ ਸੜਕ ਤੇ ਬੈਠ ਗਏ ਸਨ, ਜਿਨ੍ਹਾਂ ਦਾ ਇਲਜ਼ਾਮ ਸੀ ਕਿ ਕਾਂਗਰਸ ਸਰਕਾਰ ਉਹਨਾਂ ਦੇ ਨਾਲ ਵਧੀਕੀਆਂ ਕਰ ਰਹੀ ਹੈ, ਜਿਹਦੇ ਵਿਰੋਧ ਵਜੋਂ ਉਹਨਾਂ ਨੇ ਧਰਨਾ ਲਾਇਆ। ਜਿਸ ਦੇ ਬਾਅਦ ਦੇਰ ਸ਼ਾਮ ਸੁਖਬੀਰ ਬਾਦਲ ਵੀ ਇੱਥੇ ਪਹੁੰਚ ਗਏ ਤੇ ਉਹਨਾਂ ਇਸ ਦੌਰਾਨ ਕਾਂਗਰਸ ਸਰਕਾਰ ਤੇ ਜੰਮ ਕੇ ਨਿਸ਼ਾਨੇ ਸਾਧੇ। ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ।